ਤਰਨਾ ਦਲ ਦੇ ਨਿਹੰਗ ਸਿੰਘਾਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਤਾਂ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨਿਹੰਗ ਸਿੰਘ ਉਸ ਨੌਜਵਾਨ ਦੇ ਨਾਲ ਤੁਰਦੇ ਨਜ਼ਰ ਆ ਰਹੇ ਨੇ, ਉਸ ਨੂੰ ਫੜ ਕੇ ਲਿਜਾ ਰਹੇ ਨੇ ਤੇ ਰਸਤੇ ਦੇ ਵਿੱਚ ਇੱਕ ਨਿਹੰਗ ਸਿੰਘ ਉਸ ਨੌਜਵਾਨ ਦੇ ਡੰਡੇ ਮਾਰਦਾ ਨਜ਼ਰ ਆ ਰਿਹਾ। ਤਾਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ 30 ਦਸੰਬਰ ਨੂੰ ਇਹ ਵਾਰਦਾਤ ਹੋਈ ਸੀ। ਨਿਹੰਗ ਸਿੰਘ ਬਾਜ਼ਾਰ ਦੇ ਵਿੱਚ ਨਵਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਲਿਜਾਂਦੇ ਨਜ਼ਰ ਆ ਰਹੇ ਨੇ। ਰਸਤੇ ਦੇ ਵਿੱਚ ਇੱਕ ਨਿਹੰਗ ਸਿੰਘ ਉਸ ਦੇ ਡੰਡੇ ਮਾਰਦਾ ਵੀ ਨਜ਼ਰ ਆ ਰਿਹਾ। ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤਰਨਾ ਦਲ ਦੇ ਸਿੰਘ ਜਥੇਦਾਰ ਸੁਖਦੇਵ ਸਿੰਘ ਨੇ ਆਪਣਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਕੋਈ ਨਸ਼ਾ ਛਡਾਊ ਕੇਂਦਰ ਨਹੀਂ ਚਲਾਉਂਦੇ, ਅਸੀਂ ਤਾਂ ਗੁਰਮਤ ਵਿਦਿਆਲਾ ਚਲਾ ਰਹੇ ਹਾਂ ਜਿੱਥੇ ਨੌਜਵਾਨ ਮਾੜੀ ਸੰਗਤ ਨੂੰ ਛੱਡ ਕੇ ਗੁਰੂ ਦੇ ਨਾਲ ਆ ਕੇ ਜੁੜਦਾ ਹੈ। ਤਾਂ ਦੂਜੇ ਪਾਸੇ ਪੀੜਤ ਪਰਿਵਾਰ ਦੇ ਵੱਲੋਂ ਨਿਹੰਗ ਸਿੰਘਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਵੱਲੋਂ ਨਿਹੰਗ ਸਿੰਘ ਨੇ ਜਿਹੜੇ ਉਹ ਨੌਜਵਾਨ ਨੂੰ ਲੈ ਗਏ ਸਨ ਆਪਣੇ ਨਾਲ ਅਤੇ ਉੱਥੇ ਕੁੱਟਮਾਰ ਕੀਤੀ ਗਈ ਜਿਸ ਦੇ ਚੱਲਦੇ ਨਵਦੀਪ ਸਿੰਘ ਦੀ ਮੌਤ ਹੋ ਗਈ ਸੀ। ਦੱਸਦੀਏ ਕਿ ਨਸ਼ਿਆਂ ਦਾ ਆਦੀ ਸੀ ਨਵਦੀਪ ਸਿੰਘ, ਜਿਸ ਨੂੰ ਨਿਹੰਗ ਸਿੰਘ ਆਪਣੇ ਨਾਲ ਲੈ ਗਏ ਸਨ ਔਰ ਪਰਿਵਾਰ ਦਾ ਇਲਜ਼ਾਮ ਹੈ ਕਿ ਨਿਹੰਗ ਸਿੰਘਾਂ ਨੇ ਉਸਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਨਹੀਂ ਜੀ, ਇਹ ਨਸ਼ਾ ਛਡਾਊ ਕੇਂਦਰ ਨਹੀਂ ਹੈਗਾ, ਇਹ ਇੱਕ ਗੁਰਮਤਿ ਵਿਦਿਆਲਾ ਹੈ ਅਤੇ ਗੁਰਮਤਿ ਵਿਦਿਆਲਾ ਜਿਹੜਾ ਉਹ ਚੱਲ ਰਿਹਾ, ਨਸ਼ਾ ਛਡਾਊ ਕੇਂਦਰ ਨਹੀਂ ਹੈਗਾ। ਇੱਕ ਇੰਸੀਡੈਂਟ ਹੋਇਆ, ਇੱਕ ਲੜਕੇ ਦੀ ਮੌਤ ਹੋਈ ਹੈ, ਕਿਹਾ ਜਾ ਰਿਹਾ ਕਿ ਨਿਹੰਗਾਂ ਵੱਲੋਂ ਕੁੱਟ ਕੁੱਟ ਕੇ ਮਾਰਿਆ ਗਿਆ, ਇੱਥੇ ਨਸ਼ਾ ਛਡਾਉਣ ਲਈ ਆਇਆ ਸੀਗਾ ਬੰਦਾ। ਵੇਖੋ ਜੀ, ਇਹ ਬਿਲਕੁਲ ਝੂਠਾ ਕਿ ਉਹ ਮੁੰਡਾ ਕੁੱਟ ਕੇ ਮਾਰਿਆ ਗਿਆ ਹੈ। ਇਹ ਇੱਕ ਗੁਰਮਤਿ ਵਿਦਿਆਲਾ, ਗੁਰਮਤਿ ਵਿਦਿਆਲੇ ਦੇ ਵਿੱਚ ਇੱਥੇ ਕਲਾਸਾਂ ਲੱਗਦੀਆਂ ਨੇ ਸਵੇਰੇ ਸ਼ਾਮ ਦੁਪਹਿਰੇ 3 ਟਾਈਮ, ਜਿਹਦੇ ਵਿੱਚ ਮੁੰਡਿਆਂ ਨੂੰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗੁਰਬਾਣੀ ਜਾਂ ਗੁਰ ਇਤਿਹਾਸ ਜਿਹੜਾ ਉਹਦੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਇੱਥੇ ਨਸ਼ਾ ਨਹੀਂ ਛਡਾਇਆ ਜਾਂਦਾ ਬਲਕਿ ਉਹਨਾਂ ਦੀ ਸੰਗਤ ਛਡਾਈ ਜਾਂਦੀ ਹੈ, ਨੌਜਵਾਨਾਂ ਦੀ ਸੋਚ ਜਿਹੜੀ ਉਹ ਬਦਲੀ ਜਾਂਦੀ ਆ। ਇੱਥੇ ਕੋਈ ਦਵਾਈ ਨਹੀਂ ਦਿੱਤੀ ਜਾਂਦੀ, ਕੋਈ ਟ੍ਰੀਟਮੈਂਟ ਨਹੀਂ ਕੀਤਾ ਜਾਂਦਾ ਗਾ। ਇੱਥੇ ਇਹ ਆ ਵੀ ਉਹਨਾਂ ਦੀ ਸੋਚ ਬਦਲੀ ਜਾਂਦੀ ਹੈ, ਉਹਨਾਂ ਨੂੰ ਇਤਿਹਾਸ ਵਗੈਰਾ ਸੁਣਾ ਕੇ। ਜੇ ਕੋਈ ਸਾਡੇ ਕੋਲ ਨੌਜਵਾਨ ਰਹਿੰਦਾ ਵੀ ਉਹਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਆਉਂਦੀ ਹੋਏ ਤਾਂ ਅਸੀਂ ਲੋਕਲ ਡਾਕਟਰ ਤੋਂ ਦਵਾਈ ਬੂਟੀ ਉਹਨੂੰ ਥੋੜ੍ਹੀ ਬਹੁਤੀ ਲੋੜ ਦੇ ਮੁਤਾਬਕ ਦਵਾ ਦੇਈ ਦੀ ਆ। ਉਹ ਅਸੀਂ ਜਦੋਂ ਇੱਥੇ ਗੁਰਮਤਿ ਵਿਦਿਆਲਾ ਸ਼ੁਰੂ ਕਰਿਆ ਤਾਂ ਇਸੇ ਪਿੰਡ ਦੇ ਤਕਰੀਬਨ 10 ਦੇ ਕਰੀਬ ਨੌਜਵਾਨ ਨੇ ਜਿਹੜੇ ਉਹ ਪ੍ਰੇਰਿਤ ਹੋਏ। ਪ੍ਰੇਰਿਤ ਹੋ ਕੇ ਉਹਨਾਂ ਨੇ ਖੰਡੇ ਬਾਟੇ ਦੀ ਪੋਹ ਲਈ ਅਤੇ ਸਿੰਘ ਸੱਜ ਗਏ। ਉਹਨਾਂ ਦੇ ਨਾਲ ਹੋਰ ਪਾਸੇ ਆਸੇ ਤੋਂ ਵੀ ਨੌਜਵਾਨ ਜਿਹੜੇ ਦੇਖੋ ਦੇਖੀ ਆਉਣ ਲੱਗ ਗਏ। ਇਸੇ ਤਰ੍ਹਾਂ ਜਿਹੜਾ ਇਹ ਚੱਲਦਾ ਰਿਹਾ, ਪਾਸਿਆਂ ਤੋਂ ਪਿੰਡਾਂ ਤੋਂ ਨੌਜਵਾਨ ਆਉਣ ਲੱਗੇ। ਅਸੀਂ ਕਿਸੇ ਨੂੰ ਲੈਣ ਨਹੀਂ ਜਾਂਦੇ ਬਲਕਿ ਆਪਣੇ ਆਪ ਲੋਕ ਸਾਡੇ ਕੋਲ ਆਉਣ ਲੱਗ ਗਏ ਵੀ ਬਾਬਾ ਜੀ ਤੁਸੀਂ ਸਾਡੇ ਬੱਚਿਆਂ ਨੂੰ ਇੱਥੇ ਰੱਖੋ। ਇਸੇ ਦੇ ਤਹਿਤ ਹੀ ਪਿੰਡ ਮੀਨੀਆ ਤੋਂ ਉੱਥੇ ਜਿਹੜੀ ਕਮੇਟੀ ਬਣੀ ਵੀ ਆ ਅਤੇ ਕਮੇਟੀ ਦੇ ਜਿਹੜੇ ਮੁੰਡੇ ਸੀ, ਨੌਜਵਾਨ ਸੀ, ਉਹ ਇਸ ਮੁੰਡੇ ਨੂੰ ਨਾਲ ਲੈ ਕੇ ਆਏ ਅਤੇ ਮੇਰੇ ਖਿਆਲ ਦੇ ਵਿੱਚ ਹੀ ਉਹਦੇ ਪਰਿਵਾਰ ਦੇ ਮੈਂਬਰ ਵੀ ਇਹਨਾਂ ਮੁੰਡਿਆਂ ਦੇ ਨਾਲ ਸੀ, ਕਿਉਂਕਿ ਮੈਂ ਪ੍ਰੋਪਰ ਇੱਥੇ ਨਹੀਂ ਰਹਿੰਦਾ ਹੈਗਾ ਇਸ ਵਿਦਿਆਲੇ ਦੇ ਵਿੱਚ। ਇੱਥੇ ਸਾਡਾ ਭਾਈ ਸੁੱਖਾ ਸਿੰਘ ਆ, ਇਸੇ ਨਗਰ ਦਾ ਹੈ, ਰਹਿਣ ਵਾਲਾ ਵਸਨੀਕ ਆ, ਅਤੇ ਉਹ ਇੱਥੇ ਇਸ ਗੁਰਮਤਿ ਵਿਦਿਆਲੇ ਨੂੰ ਜਿਹੜੇ ਨੂੰ ਚਲਾ ਰਿਹਾ ਸੀਗਾ। ਮੈਂ ਤਕਰੀਬਨ 15 ਦਿਨਾਂ ਬਾਅਦ, ਮਹੀਨੇ ਬਾਅਦ ਉਹਨਾਂ ਦੇ ਕੋਲ ਗੇੜਾ ਮਾਰਦਾ ਸੀਗਾ ਅਤੇ ਉਹ ਇੱਥੇ ਮੁੰਡੇ ਨੂੰ ਛੱਡ ਕੇ ਗਏ ਸੀਗੇ। ਉਹ ਮੁੰਡੇ ਨੂੰ ਮੇਰੇ ਖਿਆਲ ਦੇ ਵਿੱਚ ਵੀ ਤਕਰੀਬਨ 10-15 ਕੁ ਦਿਨ ਮੇਰੇ ਖਿਆਲ ਦੇ ਵਿੱਚ ਹੋਏ ਹੋਣਗੇ ਵੀ ਆਏ ਹੋਏ ਨੂੰ। ਅਤੇ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਉਹ ਮੁੰਡਾ ਕਿਤੇ, ਇਹਨਾਂ ਦੇ ਦੱਸਣ ਦੇ ਮੁਤਾਬਕ ਆ ਵੀ ਜਿਹੜੇ ਇੱਥੇ ਮੁੰਡੇ ਰਹਿੰਦੇ ਨੇ ਬਾਕੀ ਦੇ ਵੀ, ਕਿਉਂਕਿ 12-13 ਮੁੰਡੇ ਇੱਥੇ ਹਾਜ਼ਰ ਸੀਗੇ ਅਤੇ ਬਾਕੀ ਇੱਥੇ ਜਿਹੜੇ ਪਾਸੇ ਆਸੇ ਵਾਲੇ ਉਹ ਹਾਜ਼ਰ ਸੀ। ਉਹਨਾਂ ਨੇ ਦੱਸਿਆ ਵੀ ਇਹ ਕਿਤੇ ਇਸ ਤਰ੍ਹਾਂ ਜਿਵੇਂ ਆਉਣਾ ਮੋਟਰਸਾਈਕਲ ਖੜ੍ਹੇ ਆ, ਮੋਟਰਸਾਈਕਲ ਖੜ੍ਹਾ ਸੀ, ਵਿੱਚੇ ਚਾਬੀ ਸੀ ਅਤੇ ਗੇਟ ਵੀ ਖੁੱਲ੍ਹਾ ਸੀ, ਉਹਨੇ ਮੋਟਰਸਾਈਕਲ ਚੱਕਿਆ ਅਤੇ ਉਹ ਮੋਟਰਸਾਈਕਲ ਉੱਤੋਂ ਭਜਾ ਕੇ ਲੈ ਗਿਆ। ਮੋਟਰਸਾਈਕਲ ਉੱਤੇ ਡਾਲੀ ਲੈ ਕੇ ਆਉਂਦੇ ਸੀਗੇ ਅਤੇ ਜਦੋਂ ਮੋਟਰਸਾਈਕਲ ਡਾਲੀ ਵਾਲਾ ਮੋਟਰਸਾਈਕਲ ਲੈ ਕੇ ਭੱਜਿਆ ਅਤੇ ਚਲੋ ਖੈਰ ਮਗਰ ਜਾਣਾ ਹੀ ਸੀਗਾ,
ਕਿਉਂਕਿ ਜਿਹਦੀ ਜ਼ਿੰਮੇਵਾਰੀ ਆ ਉਹਨੇ ਮਗਰ ਜਾਣਾ ਸੀ, ਇਹ ਮਗਰ ਗਏ। ਮਗਰ ਜਾ ਕੇ ਨਿਹਾਲ ਸਿੰਘ ਵਾਲੇ ਤੋਂ ਪਤਾ ਲੱਗਿਆ ਵੀ ਇਹਨਾਂ ਦਾ ਮੋਟਰਸਾਈਕਲ ਕਿਸੇ ਖੋਖੇ ਵਾਲੇ ਕੋਲ, ਚਾਹ ਵਾਲੇ ਕੋਲ, ਉਹ ਮੋਟਰਸਾਈਕਲ ਉਹਨੇ ਧਰ ਦਿੱਤਾ ਜਾਂ ਖੜਿਆ ਦਿੱਤਾ, ਕਿਵੇਂ ਵੀ ਇਹਦਾ ਮੈਨੂੰ ਪ੍ਰੋਪਰ ਜਾਣਕਾਰੀ ਨਹੀਂ ਆ। ਉਸ ਤੋਂ ਬਾਅਦ ਇਹਨਾਂ ਨੇ ਉਹ ਨੌਜਵਾਨ ਨੂੰ ਜਦੋਂ ਫੜਿਆ ਤਾਂ ਉਹ ਆਪਦਾ ਟੀਕਾ ਟੂਕਾ ਲਾ ਕੇ ਪੂਰਾ ਫੁੱਲ ਜਾਣੀ ਟਾਈਟ ਹੋ ਗਿਆ ਸੀਗਾ। ਉਹਨੇ ਪੈਸੇ ਕਿੱਥੋਂ ਲਏ, ਕਿਵੇਂ ਲਏ, ਇਸ ਚੀਜ਼ ਦਾ ਆਪਾਂ ਨੂੰ ਕੋਈ ਪ੍ਰੋਪਰ ਨਹੀਂ ਜਾਣਕਾਰੀ ਹੈਗੀ। ਇਹਨਾਂ ਨੇ ਜਦੋਂ ਫੜਿਆ ਤਾਂ ਉਹ ਥੋੜ੍ਹੀ ਬਹੁਤੀ ਇਹਨਾਂ ਦੇ ਨਾਲ ਬਹਿਸ ਕਰਨ ਲੱਗ ਗਿਆ। ਬਹਿਸ ਕੀਤੀ ਅਤੇ ਇਹਨਾਂ ਨੇ ਜਿਹੜਾ ਆਪਣਾ ਸੁੱਖਾ ਸਿੰਘ ਸੀ ਉਹਨੇ ਘੂਰਿਆ ਵੀ, ਕਿਉਂਕਿ ਜੇ ਅਸੀਂ ਨੌਜਵਾਨਾਂ ਨੂੰ ਸੁਧਾਰ ਸਕਦੇ ਹਾਂ, ਜੇ ਸਕੂਲ ਦੇ ਵਿੱਚ ਬੱਚਾ ਜਾਂਦਾ ਤਾਂ ਟੀਚਰ ਦਾ ਫਰਜ਼ ਹੀ ਆ ਉਹਨੂੰ ਘੂਰਨਾ ਜੇ ਉਹ ਗਲਤੀ ਕਰਦਾ, ਉਹਨੂੰ ਉਹ ਤੋਂ ਘੂਰ ਕਰਕੇ ਇਹ ਇੱਥੇ ਨਾਲ ਲੈ ਆਏ। ਉੱਥੇ ਥੋੜ੍ਹਾ ਬਹੁਤਾ ਉਹਦੇ ਕੋਈ ਥੱਪੜ ਥੁੱਪੜ ਵਗੈਰਾ ਵੀ ਮਾਰਿਆ ਹੋਣਾ ਹੈ, ਉਹ ਨਾਲ ਲੈ ਕੇ ਇੱਥੇ ਆ ਗਏ। ਅਤੇ ਉਹਦੀ ਮੰਮੀ ਨੂੰ ਮੁੰਡੇ ਦੀ ਨੂੰ ਫੋਨ ਕਰ ਦਿੱਤਾ ਪਿੰਡ ਮਿੰਨੀਆਂ ਵੀ, ਭਾਈ ਤੁਸੀਂ ਆਪਣੇ ਮੁੰਡੇ ਨੂੰ ਲੈ ਜਾਓ ਵੀ ਇਹਨੇ ਸੁਧਰਨਾ ਨਹੀਂ ਹੈਗਾ, ਕਿਉਂਕਿ ਇਹ ਮੁੰਡਾ ਤਕਰੀਬਨ ਪਹਿਲਾਂ ਵੀ 5-6 ਸੈਂਟਰਾਂ ਦੇ ਵਿੱਚ ਛੱਡਿਆ ਸੀ ਅਤੇ ਉੱਥੋਂ ਇਹ ਭੱਜ ਚੁੱਕਿਆ ਸੀ 5-6 ਸੈਂਟਰਾਂ 'ਚੋਂ। ਅਤੇ ਇਹਦੇ ਉੱਤੇ ਪਹਿਲਾਂ ਕੋਈ ਬਲਾਤਕਾਰ ਦਾ ਪਰਚਾ ਵੀ ਦਰਜ ਸੀ ਅਤੇ ਉਹਦੀ ਇਹ ਸਜ਼ਾ ਵੀ ਕੱਟ ਕੇ ਆਇਆ ਹੋਇਆ ਸੀਗਾ। ਜਦੋਂ ਉਹਦੇ ਹਾਲਾਤ ਵੇਖੇ ਸਾਨੂੰ ਪਤਾ ਲੱਗ ਗਿਆ ਵੀ ਇਹਨੇ ਸੁਧਰਨਾ ਨਹੀਂ, ਤਾਂ ਉਹਨੂੰ ਫਿਰ ਇਹ ਤੋਂ ਜਾਣ ਦੇ ਵਾਸਤੇ ਕਹਿੰਦੇ ਉਹਦੀ ਮਾਂ ਨੂੰ ਸੱਦ ਲਿਆ। ਉਹ ਉੱਧਰੋਂ ਤੁਰੀ ਸੀ ਜਾਂ ਨਹੀਂ ਤੁਰੀ ਸੀ ਕੋਈ ਪਤਾ ਨਹੀਂ ਗਾ, ਪਰ ਇਹਨਾਂ ਨੂੰ ਇਹ ਕਹਿੰਦੇ ਵੀ ਇੱਥੇ ਪ੍ਰਸ਼ਾਦਾ ਵਗੈਰਾ ਛੱਕ ਰਹੇ ਸੀ। ਪ੍ਰਸ਼ਾਦਾ ਛੱਕਦੇ ਛੱਕਦੇ ਉਹ ਉੱਠਿਆ, ਉੱਠ ਕੇ ਭਾਂਡੇ ਵਗੈਰਾ ਧੋ ਕੇ ਅਤੇ ਆਹ ਪੌੜੀਆਂ ਨੇ ਪੌੜੀਆਂ ਚੜ੍ਹ ਗਿਆ ਕਿਤੇ ਉੱਪਰ ਉਹ ਛੱਤ ਦੇ। ਇਹਨਾਂ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਆਪਣਾ ਜੇ ਤਾਂ ਨਸ਼ਾ ਛੁਡਾਊ ਕੇਂਦਰ ਹੋਵੇ ਤਾਂ ਆਪਾਂ ਇਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰੀਏ ਜਾਂ ਕੁਛ ਕਰੀਏ, ਇੱਥੇ ਕੋਈ ਕਿਸੇ ਦੇ ਬੰਦਸ਼ ਨਹੀਂ, ਉੱਦਾਂ ਖੁੱਲ੍ਹੇ ਹੀ ਫਿਰਦੇ ਰਹਿੰਦੇ ਨੇ ਇਹ ਸਾਰੇ, ਰਹਿੰਦੇ ਇਕੱਠੇ ਨੇ ਆਪਸ ਵਿੱਚ ਹੀ ਪਰਿਵਾਰ ਵਾਂਗੂ ਰਹਿੰਦੇ ਨੇ। ਉਹ ਉੱਪਰ ਚੜ੍ਹ ਗਿਆ ਨਸ਼ੇ ਦੀ ਡੋਜ ਦੇ ਵਿੱਚ ਹੀ ਉੱਪਰ ਚੜ੍ਹ ਕੇ ਅਤੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਆ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਉਹਨੇ ਕਿਤੇ ਛਾਲ ਮਾਰੀ ਭੱਜਣ ਦੇ ਇਰਾਦੇ ਦੇ ਨਾਲ। ਜਦੋਂ ਉਹਨੇ ਛਾਲ ਮਾਰੀ ਤਾਂ ਉਹ ਜੰਗਲਾ ਜਿਹੜਾ ਉਹ ਬਹੁਤ ਪੁਰਾਣਾ ਸੀਗਾ ਅਤੇ ਉਹ ਜੰਗਲਾ ਜਦੋਂ ਡਿੱਗਿਆ ਅਤੇ ਇੱਕ ਪੱਥਰ ਸਾਈਡ 'ਤੇ ਡਿੱਗ ਗਿਆ ਅਤੇ ਇੱਕ ਪੱਥਰ ਸੀ ਇਹਦੀ ਢੂਈ ਦੇ ਉੱਤੇ ਡਿੱਗ ਪਿਆ। ਬਾਕੀ ਤੁਹਾਡੇ ਕੋਲ ਆਪਣਾ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਮੌਕੇ 'ਤੇ ਉੱਥੋਂ ਪੱਥਰ ਚੱਕਿਆ ਹੈ। ਗੁਰਦੁਆਰਾ ਸਾਹਿਬ ਦੇ ਗਿਆਨੀ ਘਰਵਾਲੀ ਆ ਬੀਬੀ, ਉਹਨੇ ਵੀ ਬਿਆਨ ਦਿੱਤਾ ਵੀ ਮੈਂ ਅਸੀਂ ਦੇਖਿਆ ਡਿੱਗਦਾ ਇਹ। ਹੋਰ ਵੀ ਆ ਗੁਰਮੁਖ ਪੈਰੇ ਵਿੱਚ ਹੈਗੇ ਜਿਨ੍ਹਾਂ ਨੇ ਛੱਤ 'ਤੇ ਚੜ੍ਹਦਾ ਦੇਖਿਆ ਬਾਹਰੋਂ, ਪਰ ਪ੍ਰੋਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹ ਛਾਲ ਮਾਰ ਦੂਗਾ। ਅਤੇ ਇਸ ਕਰਕੇ ਇਹੀ ਐਕਸੀਡੈਂਟ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉਹਨਾਂ ਨੇ ਸੱਦਿਆ ਗੁਰਦੁਆਰੇ ਵਾਲਿਆਂ ਨੇ, ਫਿਰ ਇਹ ਸਿੰਘ ਕਿੱਧਰੋਂ ਗਏ ਆ ਉਹਨੂੰ ਚੱਕ ਕੇ ਲਿਆਇਆ, ਚੱਕ ਕੇ ਲਿਆ ਕੇ ਹਸਪਤਾਲ ਲੈ ਕੇ ਗਏ। ਮੇਰੇ ਖਿਆਲ 2 ਹਸਪਤਾਲਾਂ ਦੇ ਵਿੱਚ ਲੈ ਕੇ ਗਏ ਅਤੇ ਉਹ ਜਦੋਂ ਨੂੰ ਹਸਪਤਾਲਾਂ ਦੇ ਵਿੱਚ ਲਿਜਾਂਦੇ ਕਰਦੇ ਸਰਕਾਰੀ ਹਸਪਤਾਲ ਤੱਕ ਪਹੁੰਚਦੇ ਉਹਦੀ ਜਿਹੜੀ ਮੌਤ ਹੋ ਗਈ। ਬਾਈ ਪਰਿਵਾਰ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਕਿ ਨਿੰਗਾ ਨਹੀਂ ਸਾਨੂੰ ਕੁੱਟਿਆ, ਫਿਰ ਕੀ ਕਾਰਨ ਕੀ ਸਮਝੋ ਤੁਸੀਂ? ਪਹਿਲਾਂ ਵੀ ਕੁੱਟਮਾਰ ਹੁੰਦੀ ਸੀ, ਪਹਿਲਾਂ ਵੀ ਕੁੱਟਮਾਰ ਹੁੰਦੀ ਸੀ? ਦੇਖੋ ਜੀ, ਕੋਈ ਕੁੱਟਮਾਰ ਨਹੀਂ ਹੁੰਦੀ। ਜੇ ਹੁਣ ਮੈਂ ਕਹੂੰਗਾ ਤਾਂ ਦੇਖਣ ਵਾਲੇ ਨੇ ਕਹਿਣਾ ਵੀ ਬਾਬੇ ਦਾ ਝੂਠ ਬੋਲੀ ਜਾਂਦੇ ਆ। ਆਹ ਜਿਹੜੇ ਨੌਜਵਾਨ ਇੱਥੇ ਰਹਿੰਦੇ ਨੇ, ਕੁਛ ਨੌਜਵਾਨ ਅੱਜ ਵੀ ਹੈਗੇ ਨੇ ਇੱਥੇ ਹਾਜ਼ਰ ਆ, ਬਾਕੀ ਆ ਪਾਸੇ ਆਸੇ ਵਾਲੇ ਆਂਢ ਗੁਆਂਢ ਦੇ ਜਿਹੜੇ ਲੋਕ ਖੜ੍ਹੇ ਨੇ, ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਇੱਥੇ ਕੁੱਟਮਾਰ ਦੀਆਂ ਕਿੰਨੀਆਂ ਕੁ ਚੀਕਾਂ ਪੈਂਦੀਆਂ ਸੀਗੀਆਂ। ਅਸੀਂ ਕਿਸੇ ਨੂੰ ਕੁੱਟਮਾਰ ਅਸੀਂ ਤਾਂ ਕਰੀਏ ਜੇ ਅਸੀਂ ਇਹਨਾਂ ਤੋਂ ਕੋਈ ਬਦਲਾ ਲੈਣਾ ਹੋਵੇ ਕਿਸੇ ਗੱਲ ਦਾ, ਜਾਂ ਅਸੀਂ ਇਹਨਾਂ ਦੀ ਕੋਈ ਪ੍ਰੋਪਰਟੀ ਰੋਕਣੀ ਹੋਵੇ ਜਾਂ ਸਾਨੂੰ ਕੋਈ ਲਾਲਚ ਹੋਵੇ, ਅਸੀਂ ਕਾਹਦੇ ਵਾਸਤੇ ਕੁੱਟਮਾਰ ਕਰਨੀ ਆ? ਫੀਸ ਵੀ ਲੈਂਦੇ ਹੋ ਜਿਹੜੇ ਬੰਦੇ ਇੱਥੇ ਆਉਂਦੇ ਆ? ਬਿਲਕੁਲ ਕੋਈ ਫੀਸ ਨਹੀਂ ਗੀ, ਬਿਲਕੁਲ ਫ੍ਰੀ ਸੇਵਾ ਜੀ। ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਗਜ਼ਾ ਮੰਗਣ ਜਿਹੜੇ ਭੇਜਦੇ, ਗਜ਼ਾ ਕਰਨ ਭੇਜਦੇ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਮੁੰਡਾ ਜਿਹੜਾ ਸ਼ਰਮਾਉਂਦਾ ਸੀ, ਤਾਂ ਕਰਕੇ ਧੱਕਾ ਕੀਤਾ ਜਾ ਰਿਹਾ? ਨਹੀਂ 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 ਬਿਲਕੁਲ ਨਹੀਂ, ਕਿਉਂਕਿ ਜਿਹੜੇ ਗਜ਼ਾ ਵਾਲੇ ਉਹ ਤਾਂ ਪ੍ਰੋਪਰ ਗਾਜੀ ਲੱਗੇ ਨੇ, ਜਿਹੜਾ ਨਵਾਂ ਬੰਦਾ ਹੈ ਨਾ ਉਹ ਤਾਂ ਗਜ਼ਾ ਕਰ ਹੀ ਨਹੀਂ ਸਕਦਾ। ਜੇ ਹੁਣ ਤੁਹਾਨੂੰ ਇੱਥੇ ਡੋਲਣਾ ਦੇ ਕੇ ਕਹਿ ਦਈਏ ਵੀ ਤੁਸੀਂ ਗਜ਼ਾ ਮੰਗ ਲਿਆ, ਤੁਸੀਂ ਨਹੀਂ ਲਿਆ ਸਕਦੇ, ਕਿਉਂਕਿ ਗਜ਼ਾ ਉਹੀ ਕਰ ਸਕਦਾ ਹੈ ਜਿਹੜਾ ਗਜ਼ਾ ਕਰਦਾ ਹੈ, ਕਿਉਂਕਿ ਗਜ਼ਾ ਮੰਗਣਾ ਬਹੁਤ ਔਖਾ ਹੈ, ਮੰਗਣਾ ਵੀ ਹਰੇਕ ਬੰਦਾ ਥੋੜ੍ਹੀ ਸਾਹਿਬ ਮੰਗ ਸਕਦਾ ਹੁੰਦਾ। ਬਾਈ ਇੱਕ ਸੀਸੀਟੀਵੀ ਬਾਜ਼ਾਰ ਦੀ ਕੁਛ ਸਾਹਮਣੇ ਆਈ ਆ ਜਿਹਦੇ ਵਿੱਚ ਉਹੀ ਆ ਉਹਨਾਂ ਦੀ ਨਾ ਵੀ ਜਦੋਂ ਉੱਥੋਂ ਲੈ ਕੇ ਫੜ ਕੇ ਲੈ ਕੇ ਉਦੋਂ ਤਾਂ ਕੰਮ ਕੀ ਕਰਦਾ ਸੀ, ਕਿਉਂਕਿ ਸਾਨੂੰ ਇਹ ਹੁੰਦਾ ਹੈ ਵੀ ਜਿਹੜਾ ਨੌਜਵਾਨ ਸਾਡੇ ਕੋਲ ਪਰਿਵਾਰ ਇੱਥੇ ਛੱਡ ਕੇ ਗਿਆ ਹੈ ਵੀ ਉਹ ਕਿਤੇ ਬਾਹਰ ਅੰਦਰ ਜਾਵੇ, ਵੱਧ ਘੱਟ ਡੋਜ਼ ਲੈ ਜਾਵੇ, ਟੀਕਾ ਲੱਗ ਜਾਵੇ, ਕਿਤੇ ਉਹਦੀ ਮੌਤ ਹੋ ਜਾਵੇ ਜਾਂ ਕੋਈ ਕਿਸੇ ਪਾਸੇ ਚਲਾ ਜਾਵੇ,
ਤਾਂ ਅਸੀਂ ਵੀ ਉਹ ਇਹੋ ਜਿਹੀ ਕੋਈ ਘਟਨਾ ਨਾ ਵਾਪਰ ਜੇ, ਅਸੀਂ ਪ੍ਰੋਪਰ ਪਰਿਵਾਰ ਨੂੰ ਸੱਦ ਕੇ ਪਰਿਵਾਰ ਦੇ ਨਾਲ ਤੋਰ ਦਿਓ ਉਹਨਾਂ ਦੀ ਕਮਾਂਡ ਦੇ ਵਿੱਚ ਦੇ ਕੇ ਵੀ ਲੈ ਭਾਈ ਤੁਸੀਂ ਆਪਣੇ ਨੂੰ ਲੈ ਕੇ ਜਾਓ। ਕਿੰਨੇ ਕੁ ਨੌਜਵਾਨ ਤੁਹਾਡੇ ਕੋਲ ਹੁਣ ਤੱਕ ਜਿਹੜੇ ਨਸ਼ਾ ਛੱਡ ਚੁੱਕੇ ਆ ਜਾਂ ਜਿਹੜੇ ਇੱਥੇ ਰਹਿ ਰਹੇ? ਇਹ ਜੀ ਅਸੀਂ ਤਕਰੀਬਨ 4-4.5 ਮਹੀਨੇ ਤੋਂ ਅਸੀਂ ਇੱਥੇ ਗੁਰਮਤਿ ਵਿਦਿਆਲਾ ਜਿਹੜਾ ਸ਼ੁਰੂ ਕੀਤਾ ਸੀ, ਜਿਹਦੇ ਵਿੱਚ 10 ਨੌਜਵਾਨ ਤਾਂ ਇਸੇ ਨਗਰ ਦੇ ਨੇ, ਪਿੰਡ ਦੇ ਨੇ, ਪਿੰਡ ਪਰਤੋ ਦੇ ਹੀ, ਅਤੇ ਬਾਕੀ 47 ਦੇ ਕਰੀਬ ਸਾਡੇ ਕੋਲ ਨੌਜਵਾਨ ਇਹ ਮੁੰਡੇ ਦੇ ਸਣੇ 47 ਦੇ ਕਰੀਬ ਰਹਿ ਚੁੱਕੇ ਆ। ਆਹ ਕੁਦਰਤੀ ਪਹਿਲਾ ਐਕਸੀਡੈਂਟ ਆ ਜਿਹੜਾ ਆਹ ਘਟਨਾ ਵਾਪਰੀ ਆ, ਅਤੇ ਨਹੀਂ ਤਾਂ ਇਹੋ ਜਿਹੀ ਕੋਈ ਘਟਨਾ ਨਹੀਂ ਵਾਪਰੀ। ਬਾਕੀ ਮੈਂ ਤੁਹਾਨੂੰ ਪਰੂਫ ਦੇ ਸਕਦਾ, ਤੁਹਾਨੂੰ ਮੈਂ ਨੰਬਰ ਐਡਰੈਸ ਦੇ ਸਕਦਾ, ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਮਾਂ ਪਿਓ ਨੂੰ ਪੁੱਛੋ ਜਿਹੜੇ ਮੁੰਡੇ ਇੱਥੋਂ ਨਸ਼ਾ ਸਾਡੇ ਕੋਲੋਂ ਛੱਡ ਕੇ ਗਏ ਨੇ, ਬਲਕਿ ਕੋਈ ਦਵਾਈ ਦੇ ਨਾਲ ਨਹੀਂ, ਸਿਰਫ ਗੁਰਬਾਣੀ ਦੇ ਨਾਲ, ਕਿਉਂਕਿ ਇੱਥੇ ਗੁਰਬਾਣੀ ਦਾ ਅਭਿਆਸ ਕਰਵਾਇਆ ਜਾਂਦਾ, ਸਿਮਰਨ ਕਰਵਾਇਆ ਜਾਂਦਾ, ਉਹਨਾਂ ਨੂੰ ਬਹਾਦਰਾਂ ਦੀਆਂ, ਸੂਰਮਿਆਂ ਦੀਆਂ, ਹਰੀ ਸਿੰਘ ਨਲੂਏ ਵਰਗੀਆਂ, ਅਕਾਲੀ ਫੂਲਾ ਸਿੰਘ ਵਰਗਿਆਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਜਿਹਦੇ ਨਾਲ ਉਹਨਾਂ ਦੇ ਅੰਦਰ ਇੱਕ ਦਲੇਰੀ ਪੈਦਾ ਹੁੰਦੀ ਆ, ਹੌਸਲਾ ਪੈਦਾ ਹੁੰਦਾ, ਉਹਨਾਂ ਦੀ ਜਿਹੜੀ ਦਿਮਾਗ ਦੀ ਸੋਚ ਆ ਉਹ ਬਦਲ ਜਾਂਦੀ ਆ, ਕਿਉਂਕਿ ਨਸ਼ਾ ਇੱਕ ਸੋਚ ਆ, ਜਦੋਂ ਸੋਚ ਬਦਲ ਗਈ ਤਾਂ ਨਸ਼ਾ ਛੁੱਟ ਜਾਂਦਾ। ਕੋਈ ਦਵਾਈ ਵਗੈਰਾ ਨਹੀਂ, ਕੋਈ ਨਹੀਂ ਦਿੱਤੀ ਜਾਂਦੀ ਹੈਗੀ, ਕੋਈ ਨਹੀਂ ਹੈਗਾ ਬਾਬਾ ਜੀ। ਸਾਡਾ ਉਹ ਇਹ ਨਹੀਂ ਸੀਗਾ ਵੀ ਜੇ ਤਾਂ ਆਪਾਂ ਕੋਈ ਨਸ਼ਾ ਛੁਡਾਊ ਕੇਂਦਰ ਖੋਲ੍ਹ ਦੇ ਫਿਰ ਤਾਂ ਆਪਾਂ ਅਧਿਕਾਰੀਆਂ ਦੇ ਨਾਲ ਸੰਪਰਕ ਕਰਦੇ, ਆਪਣਾ ਕੋਈ ਨਸ਼ਾ ਛੁਡਾਊ ਕੇਂਦਰ ਥੋੜ੍ਹੀ, ਆਪਣਾ ਤਾਂ ਗੁਰਮਤਿ ਵਿਦਿਆਲਾ ਹੈ। ਗੁਰਮਤਿ ਵਿਦਿਆਲਾ ਜਿਹੜਾ ਇੱਕ ਪ੍ਰੇਰਨਾ ਸਰੋਤ, ਇੱਕ ਸਕੂਲ ਹੈ, ਅਤੇ ਸਕੂਲ ਦੇ ਵਿੱਚ ਬੱਚੇ ਆਉਣ ਵਾਸਤੇ ਤਾਂ ਉਹਦੇ ਵਾਸਤੇ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ। ਸਭ ਤੋਂ ਪਹਿਲਾਂ ਤਾਂ ਉਹਨਾਂ ਕੋਲ ਇੱਕ ਵੈਲਿਡ ਨਸ਼ਾ ਛੁਡਾਊ ਕੇਂਦਰ ਦਾ ਚਲਾਉਣ ਲਈ ਸਰਟੀਫਿਕੇਟ ਹੋਣਾ ਚਾਹੀਦਾ ਕਿ ਨਸ਼ਾ ਛੁਡਾਊ ਕੇਂਦਰ ਲਈ ਉਹ ਸਭ ਤੋਂ ਪਹਿਲਾਂ ਉਹ ਜ਼ਰੂਰੀ ਆ। ਫਿਰ ਉਹਨਾਂ ਕੋਲ ਸਾਈਕੈਟ੍ਰਿਸਟ ਹੋਣਾ ਜ਼ਰੂਰੀ ਆ, ਮੈਡੀਕਲ ਅਫਸਰ, ਕੌਂਸਲਰ, ਸਟਾਫ ਨਰਸਿਸ, ਅਤੇ ਉਹਨਾਂ ਦਾ ਰਹਿਣ ਲਈ ਪ੍ਰੋਪਰ ਪ੍ਰਬੰਧ, ਖਾਣ ਪੀਣ ਦਾ ਪ੍ਰੋਪਰ ਪ੍ਰਬੰਧ, ਉਹ ਹੋਣਾ ਚਾਹੀਦਾ ਸਾਰਾ। ਲਾਇਸੈਂਸ ਕੌਣ ਇਸ਼ੂ ਕਰਦਾ ਜਿਹੜਾ? ਲਾਇਸੈਂਸ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੇਅਰ ਤੋਂ ਰਿਨਿਊ ਉਹ ਜਾਰੀ ਹੁੰਦਾ। ਉਹਦੇ ਵਾਸਤੇ ਪਹਿਲਾਂ ਨੋਰਮਸ ਵੀ ਪੂਰੇ ਕਰਨੇ ਪੈਂਦੇ ਤਾਂ ਹੀ ਲਾਇਸੈਂਸ ਜਾਰੀ ਹੁੰਦਾ? ਬਿਲਕੁਲ ਬਿਲਕੁਲ। ਉਹ 'ਚ ਕੀ ਹੋਣਾ ਚਾਹੀਦਾ ਪਹਿਲਾਂ? ਉਹ 'ਚ ਉਹੀ ਸਾਈਕੈਟ੍ਰਿਸਟ ਹੋਣਾ ਚਾਹੀਦਾ, ਮੈਡੀਕਲ ਅਫਸਰ ਹੋਣਾ ਚਾਹੀਦਾ, ਕੌਂਸਲਰ ਹੋਣਾ ਚਾਹੀਦਾ, ਸਟਾਫ ਨਰਸਿਸ ਹੋਣੀਆਂ ਚਾਹੀਦੀਆਂ, ਅਤੇ 24/7 ਸਰਵਿਸ ਹੋਣੀ ਚਾਹੀਦੀ ਆ, ਐਂਬੂਲੈਂਸ ਹੋਣੀ ਚਾਹੀਦੀ ਆ ਉਹਨਾਂ ਕੋਲ, ਕੋਈ ਐਮਰਜੈਂਸੀ ਆ ਜਾਏ ਤਾਂ ਪੇਸ਼ੈਂਟ ਨੂੰ ਇੱਧਰ ਸ਼ਿਫਟ ਕੀਤਾ ਜਾ ਸਕੇ। ਸਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹਾ ਦੇ ਵਿੱਚ ਕਿੰਨੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੈ, ਕਿੰਨੇ ਪ੍ਰਾਈਵੇਟ ਨੇ? ਸਰਕਾਰੀ ਨਸ਼ਾ ਛੁਡਾਊ ਕੇਂਦਰ 18 ਓਟ ਸੈਂਟਰ ਆ, ਅਤੇ 7 ਸਰਕਾਰੀ, 18 ਓਟ ਸੈਂਟਰ ਆ, 7 ਪ੍ਰਾਈਵੇਟ ਨੇ, 2 ਰੀਹੈਬਲੀਟੇਸ਼ਨ ਸੈਂਟਰ ਹੈ ਪ੍ਰਾਈਵੇਟ, 2 ਸਰਕਾਰੀ ਹੈ, 1 ਸਰਕਾਰੀ ਹੈ, 1 ਅਰਧ ਸਰਕਾਰੀ ਰੈੱਡ ਕਰੋਸ ਦਾ ਆ। ਇਸ ਤੋਂ ਇਲਾਵਾ ਵੀ ਹੈ ਸਰ ਜ਼ਿਲ੍ਹੇ ਦੇ ਵਿੱਚ, ਕੋਈ ਹੋਰ ਜ਼ਿਲ੍ਹੇ 'ਚ ਇਹੀ ਹੈ? ਇਹੋ ਹੀ ਹੈ ਜ਼ਿਲ੍ਹੇ 'ਚ। ਅਤੇ ਸਰ ਜਿਹੜੇ ਇਲੀਗਲ ਤੌਰ 'ਤੇ ਚੱਲਦੇ ਆ ਉਹ ਕਿਸ ਤਰ੍ਹਾਂ ਚਲਾ ਲੈਂਦੇ ਆ? ਉਹਦੇ 'ਤੇ ਤੁਹਾਡੀ ਵਿਜ਼ਿਟ ਵੀ ਹੁੰਦੀ ਹੈ ਵੀ? ਉਹਦੇ 'ਤੇ DC ਸਾਹਿਬ, ਇਹਦੇ ਅਸਲ ਚੇਅਰਮੈਨ ਆ ਡਿਸਟ੍ਰਿਕਟ ਡਰੱਗ ਕੰਟਰੋਲ ਸੁਸਾਇਟੀ ਦੇ, ਉਹਨਾਂ ਵੱਲੋਂ ਫਿਰ ਟੀਮ ਬਣਾਈ ਜਾਂਦੀ, ਜੇ ਕੋਈ ਕੰਪਲੇਂਟ ਆਉਂਦੀ ਆ ਉਹਨਾਂ ਵੱਲੋਂ ਟੀਮ ਬਣਾਈ ਜਾਂਦੀ ਆ, ਫਿਰ ਉਹ ਟੀਮ ਜਾ ਕੇ ਦੇਖਦੀ ਆ। ਸਰ ਅਕਸਰ ਜਿਸ ਤਰ੍ਹਾਂ ਖਬਰਾਂ ਆਉਂਦੀਆਂ ਨੇ ਕਿ ਮਾਰਕੁੱਟ ਹੁੰਦੀ ਹੈ ਜਿਹੜੇ ਉੱਥੇ ਨੌਜਵਾਨ ਨਸ਼ਾ ਛੱਡਣ ਲਈ ਆਉਂਦੇ ਨੇ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹੁਣ ਇੱਕ ਰੀਸੈਂਟਲੀ ਇੱਕ ਨਵਾਂ ਕੇਸ ਆਇਆ ਨਿਹਾਲ ਸਿੰਘ ਵਾਲਾ ਤੋਂ, ਪਰ ਹੀਰਾ ਸਿੰਘ ਵਾਲੇ, ਉੱਥੇ ਵੀ ਇੱਕ ਨੌਜਵਾਨ ਦੀ ਕੁੱਟ ਕੁੱਟ ਕੇ
ਉੱਥੇ ਨਿਹਿੰਗ ਵਿਦਿਆਲੇ ਚੱਲ ਰਹੇ ਜਿੱਥੇ ਨਸ਼ਾ ਛੁਡਾਉਣ ਦੇ ਲਈ ਮੁੰਡਿਆਂ ਨੂੰ ਲੈ ਕੇ ਆਇਆ ਜਾਂਦਾ ਸੀ ਧੱਕੇ ਨਾਲ, ਮਤਲਬ ਕਿ ਉਹਨਾਂ ਨੂੰ ਰੱਖਿਆ ਜਾਂਦੇ। ਉਹ ਤਾਂ ਫਿਰ ਪੁਲਿਸ ਕੇਸ ਹੋ ਜਾਂਦਾ, ਪੁਲਿਸ ਦਾ ਵਿੱਚ ਰੋਲ ਹੋ ਜਾਂਦਾ। ਪੁਲਿਸ ਕੇਸ ਤਾਂ ਸਰ ਹੋ ਗਿਆ 302 ਉਹਨਾਂ ਤੇ ਲੱਗ ਗਿਆ, ਲੇਕਿਨ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਜੀ ਉੱਥੇ? ਹੈਲਥ ਡਿਪਾਰਟਮੈਂਟ ਵਿਜ਼ਿਟ ਕਰੂਗਾ, ਟੀਮ ਬਣ ਜਾਏਗੀ ਡੀਸੀ ਸਾਹਿਬ ਵੱਲੋਂ, ਅਤੇ ਉਹਨਾਂ ਦਾ ਦੇਖਿਆ ਜਾਊਗਾ ਕਿ ਉਹਨਾਂ ਕੋਲ ਇਸ ਤਰ੍ਹਾਂ ਦੀ ਕੋਈ ਟੀਮ ਬਣਦੀ ਹੈ। ਇਹ ਤਾਂ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਅਤੇ ਦੇਖ ਲੈਂਦੇ ਹਾਂ। ਕੀ ਨਾਮ ਹੈ ਵੀਰ ਤੁਹਾਡਾ? ਮੇਰਾ ਨਾਂ ਰਿੱਕੀ ਹੈ। ਰਿੱਕੀ, ਕਿਹੜੀ ਕਮੇਟੀ ਤੁਸੀਂ ਬਣਾਈ ਹੋਈ ਹੈ? ਮੈਂ ਨਸ਼ਾ ਛੁਡਾਊ ਕਮੇਟੀ ਬਣਾਈ ਹੈ ਜੀ, ਪਿੰਡ ਮੀਨੀਆਂ ਤੋਂ। ਹਾਂਜੀ। ਅਤੇ ਇੱਕ ਨਵਦੀਪ ਸਿੰਘ ਜਿਹੜਾ ਮੁੰਡੇ ਦੀ ਮੌਤ ਹੋਈ ਹੈ, ਉਹਨੂੰ ਤੁਸੀਂ ਲੈ ਕੇ ਆਏ ਸੀਗੇ? ਹਾਂਜੀ ਹਾਂਜੀ, ਮੈਂ ਲੈ ਕੇ ਆਇਆ ਸੀਗਾ ਉਹਨਾਂ ਦੇ ਘਰਦਿਆਂ ਦੀ ਸਹਿਮਤੀ ਨਾਲ। ਉਹ ਪਹਿਲਾਂ ਸਮਾਨ ਸਮੂਨ ਵੇਚਦਾ ਸੀਗਾ ਚਿੱਟਾ, ਇਦੂ ਬਾਅਦ ਚਲੋ ਹੌਲੀ ਹੌਲੀ ਉਹ ਆਪ ਵੀ ਲੱਗ ਗਿਆ ਜੀ। ਇਹਦੇ ਬਾਅਦ ਹੁਣ ਮਨ ਕਲਾ ਪਰੇਸ਼ਾਨ ਬਹੁਤ ਸੀ ਉਹਨਾਂ ਦੇ ਘਰਦੇ ਘੁਰਦੇ, ਉਹਨਾਂ ਦੇ ਘਰਦਿਆਂ ਦੀ ਸਹਿਮਤੀ ਨਾਲ ਹੀ ਸਾਰਾ ਕੁਛ ਹੋਇਆ ਗਾ। ਵੀ ਉੱਦਾਂ ਮਨ ਕਲਾ ਵੀ ਟੂਮਾਂ ਛੱਲੇ ਉਹਨਾਂ ਨੇ ਵੇਚਤੇ ਸੀਗੇ, ਉਹਨਾਂ ਦੇ ਘਰਦੇ ਬਹੁਤ ਤੰਗ ਪਰੇਸ਼ਾਨ ਸੀ ਤਾਂ ਲੈ ਕੇ ਆਉਂਦਾ ਸੀਗਾ ਜੀ। ਉਹਨਾਂ ਦੇ ਘਰਦਿਆਂ ਨੇ ਆਪ ਤੁਹਾਡੇ ਕੋਲ ਭੇਜਿਆ ਸੀਗਾ ਜਾਂ ਤੁਸੀਂ ਲੈ ਗਏ? ਨਹੀਂ, ਉਹਨਾਂ ਦੇ ਘਰਦੇ ਸੀਗੇ, ਉਹਨਾਂ ਦੇ ਦੋ ਬ੍ਰਦਰ ਵੀ ਸੀ ਉਹਨਾਂ ਦੇ ਨਾਲ, ਚਾਚੇ ਤਾਏ ਦੇ ਮੁੰਡਾ ਵੀ ਸੀ ਇੱਕ ਜੀ, ਉਹਨਾਂ ਦੀ ਸਹਿਮਤੀ ਨਾਲ ਹੀ ਸਾਰਾ ਕੁਛ ਹੋਇਆ ਜੀ। ਤੁਸੀਂ ਕੋਈ ਰਜਿਸਟਰਡ ਕਰਾਈ ਹੋਈ ਹੈ ਆਪਣੀ ਕਮੇਟੀ? ਇਹ ਰਜਿਸਟਰ ਨਹੀਂ ਹੋ, ਮਤਲਬ ਕਿ ਆਪਣੇ ਮਨ ਕਾ ਸਾਰੇ ਜਾਣੀ ਮੈਂ ਮਤਲਬ ਐਸ ਐਚ ਓ ਸਾਹਿਬ ਨੂੰ ਵੀ ਪਤਾ, ਡੈਪਟੀ ਸਾਹਿਬ ਨੂੰ ਵੀ ਸਾਰਾ, ਮਨ ਕਾ ਸਾਡੇ ਆਉਂਦੇ ਜਾਂਦੇ ਰਹਿੰਦੇ ਸੀ ਜਦੋਂ ਲੋਕਲੀ ਸਾਰਾ ਕੁਛ। ਕਿੰਨੇ ਕੁ ਨੌਜਵਾਨ ਜਿਹੜੇ ਤੁਸੀਂ? ਮੈਂ ਜੀ ਮਨ ਕਾ 7-8 ਨੌਜਵਾਨ ਮਨ ਕਾ ਛੱਡ ਚੁੱਕੇ ਜੀ। ਅਤੇ ਜਦੋਂ ਹੁਣ ਉਹਦੇ ਘਰਦਿਆਂ ਦਾ ਆਰੋਪ ਹੈ ਕਿ ਇੱਥੇ ਉਹਨਾਂ ਨੂੰ ਕੁੱਟਿਆ ਕਾਫੀ, ਨਵਦੀਪ ਨੂੰ ਉਹਦੀ ਮੌਤ ਹੋ ਗਈ ਹੈ, ਤੁਹਾਡੇ ਨਾਲ ਸੰਪਰਕ ਹੋਇਆ ਪਰਿਵਾਰ ਦਾ, ਤੁਹਾਡੇ ਨਾਲ ਗੱਲ ਹੋਈ ਕਿ ਤੁਸੀਂ ਲੈ ਕੇ ਗਏ ਸੀ? ਨਹੀਂ, ਗੱਲਬਾਤ ਉਹਨਾਂ ਨੇ ਕੁਛ ਕੀਤੀ ਹੀ ਨਹੀਂ ਜੀ ਹੁਣ ਮਨ ਕਾ ਮੈਂ ਕਿਹੜਾ ਆਪਾਂ ਕਿਹੜਾ ਜਾਣੇ ਮਨ ਕਾ ਭੱਜੇ ਪਿੰਡ ਵਿੱਚ ਹੀ ਰਹਿੰਦਾ ਜੀ, ਆਈ ਨਹੀਂ ਕੋਈ ਗੱਲਬਾਤ ਨਹੀਂ ਕੀਤੀ। ਜਦੋਂ ਮਨ ਕਾ ਤੰਗ ਪਰੇਸ਼ਾਨ ਕਰਦੇ, ਜਦੋਂ ਇਹਨਾਂ ਨੂੰ ਮਾਰਦੇ ਕੁੱਟਦੇ ਜਾਂ ਇਹ ਚੀਜ਼ਾਂ ਵੇਚਦੇ ਘਰਦਿਆਂ ਦੀਆਂ, ਉਦੋਂ ਤਾਂ ਇਹਨਾਂ ਨੂੰ ਸਾਰਾ ਕੁਝ ਤਾਂ ਕਮੇਟੀ ਵਾਲੇ ਵੀ ਦੇ ਜਾਂਦੇ ਜੀ ਇਹਨਾਂ ਨੂੰ। ਹਾਂਜੀ। ਕਾਰਨ ਕੀ ਸਮਝਦੇ ਹੋ ਫਿਰ ਜਿਹੜਾ ਆਰੋਪ ਲੱਗ ਰਿਹਾ ਉਹਨਾਂ ਵੱਲੋਂ? ਕਿਹਾ ਜਾ ਰਿਹਾ ਕਿ ਸਾਡੇ ਮੁੰਡੇ ਨੂੰ ਕੁੱਟ ਕੁੱਟ ਕੇ ਮਾਰਤਾ। ਨਹੀਂ ਜੀ, ਆਰੋਪ ਤਾਂ ਕਹਿੰਦਾ ਜੀ ਪਹਿਲਾਂ ਵੀ ਉਹ ਮਨ ਕਾ ਵੀ ਪਹਿਲਾਂ ਵੀ ਨਸ਼ਾ ਛੁਡਾਊ ਕਮੇਟੀ ਭੱਜਿਆ ਹੋਇਆ ਪਹਿਲਾਂ ਵੀ ਕਾਫੀ ਥਾਂ ਤੋਂ ਮੋਟਾ। ਹੁਣ ਜੀ ਮਨ ਕਾ ਵੀ ਜੇ ਕੋਈ ਸੁਧਾਰੂਗਾ ਮਾੜਾ ਮੋਟਾ, ਹੁਣ ਘੂਰ ਚੰਬ ਤਾਂ ਹੋ ਜੇ ਕੱਲ੍ਹ ਨੂੰ ਕੋਈ ਨੁਕਸਾਨ ਹੋ ਜਾਂਦਾ, ਜਾਨੀ ਇਹਦਾ ਜਾਂ ਕਿਸੇ ਦੇ ਵਿੱਚ ਬਾਈਕ ਮੋਟਰਸਾਈਕਲ ਭਜਾ ਕੇ ਲੈ ਗਿਆ ਸੀਗਾ ਡਾਲੀ ਵਾਲਾ ਜੀ ਇੱਥੇ, ਇਹਦਾ ਨੁਕਸਾਨ ਹੋ ਜਾਂਦਾ, ਫਿਰ ਇਹਨਾਂ ਦਾ ਜ਼ਿੰਮੇਦਾਰ ਕੌਣ ਸੀਗਾ? ਬਾਬਾ ਜੀ ਸੀਗੇ ਜੀ, ਅਤੇ ਹੁਣ ਵੀ ਬਾਬਿਆਂ ਸਾਰੀ ਪੈ ਗਏ। ਜਦੋਂ ਹੁਣ ਮਨ ਕਾ ਜਦੋਂ ਉਦੋਂ ਬਾਬਿਆਂ ਨੂੰ ਫੋਨ 'ਤੇ ਫੋਨ ਕਰਦੇ, ਬਾਬਾ ਜੀ ਸਾਡੀ ਅਸੀਂ ਬਹੁਤ ਔਖੇ ਹਾਂ ਜੀ, ਸੁਧਾਰੋ ਜੀ ਇਹਨਾਂ ਨੂੰ, ਐਂ ਕਰੋ ਜੀ, ਜੋ ਕਰੋ। ਪਹਿਲਾਂ ਸਾਡੇ ਪਿੰਡ ਇੰਨਾ ਕੁ ਚਿੱਟਾ ਵਿਕਦਾ ਸੀਗਾ ਜੀ, ਉਹਨੇ ਪਿੰਡ ਸਾਡੇ ਪਿੰਡ ਵਿੱਚ ਖੰਡ ਨਹੀਂ ਵਿਕਦੀ ਹੁਣ ਜਿੰਨਾ ਚਿੱਟਾ ਵਿਕਦਾ ਸੀਗਾ ਜੀ।